ਨੈਚੁਰਲ ਝਰਨੇ ਤੇ ਗੱਡੀ ਧੋਈ ਆ ਬਸ ਇੱਟ ਰੋੜਾ ਨਾ ਜੇ ਉੱਤੇ ਕਦੇ ਆ ਟੱਟੀ ਧੋਈਗੀ ਚਮਕੀ 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 ਸਾਈਡਾਂ ਤੇ ਜੰਗਲ ਹੈ ਸਾਰਾ ਦਰਖਤ ਨੇ ਉਸ ਤੋਂ ਅੱਗੇ ਖੇਤ ਵੀ ਹੈਗੇ ਨੇ ਇਹਨਾਂ ਦੇ ਕਿਉਂਕਿ ਨੇੜੇ ਤੇੜੇ ਨਦੀਆਂ ਪੈਂਦੀਆਂ ਨੇ ਇਹਨਾਂ ਦੇ ਪਲੇਨ ਏਰੀਆ ਵੀ ਹੈਗਾ ਤੇ ਆਹ ਵਿਆਹ ਦਾ ਸਮਾਨ ਅੱਜ ਸ਼ਾਮ ਦੀ ਰੋਟੀ ਤਿਆਰ ਹੋ ਰਹੀ ਹੈਗੀ ਕਿਆ ਬਾਤ ਹੈ ਹਾਂਜੀ ਦੋਸਤੋ ਜ਼ਿੰਦਗੀ ਦੀਆਂ ਖੇਡਾਂ ਦੇ ਵਿੱਚ ਇੱਕ ਵਾਰ ਫੇਰ ਹਿਮਾਚਲ ਦੀ ਸੈਰ ਕਰ ਰਹੇ ਹੈਗੇ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਤੇ ਇੱਕ ਅਗਲਾ ਪਾਰਟ ਲੈ ਕੇ ਆਏ ਉਮੀਦ ਕਰਦੇ ਪਿਛਲੇ ਪਾਰਟ ਤੋਂ ਸਾਰੇ ਦੇਖੇ ਹੋਣੇ ਹਿਮਾਚਲ ਦੇ ਪਿੰਡਾਂ ਦੇ ਵਿੱਚ ਆਪਾਂ ਦੋ ਵਿਆਹ ਦੇਖਣੇ ਸੀਗੇ ਇੱਕ ਵਿਆਹ ਦੇਖ ਚੁੱਕੇ ਹਾਂ ਅੱਜ ਦੂਸਰੇ ਵਿਆਹ ਜਾ ਰਿਹਾ ਸੁਸ਼ੀਲ ਆਪਣਾ ਧਰਮਿੰਦਰ ਨਾਲ ਪੜਿਆ ਹੋਇਆ ਆਪਣੇ ਭਰਾ ਨਾਲ ਤੇ ਉਹਦਾ ਵਿਆਹ ਹੈਗਾ ਤੇ ਉਹਦਾ ਪਿੰਡ ਬੂੜੇ ਬੜੇ ਜਿਵੇਂ ਆਪਣੇ ਅੰਦਰ ਦੇ ਅੰਦਰ ਪਿੰਡ ਨਹੀਂ ਹੁੰਦੇ ਗੂੜੇ ਅਸੀਂ ਪਹਾੜਾਂ 'ਚ ਕਿਤੇ ਇੱਧਰ ਅੰਦਰ ਦੇ ਅੰਦਰ ਗੂੜੇ ਜਿਹੇ ਪਿੰਡ 'ਚ ਉਹਨਾਂ ਦਾ ਘਰ ਹੈਗਾ ਤੇ ਉੱਥੇ ਆਪਾਂ ਜਾ ਕੇ ਆਪਾਂ ਉਹਦਾ ਵਿਆਹ ਦੇਖਣਾ ਅਟੈਂਡ ਕਰਨਾ ਤੇ ਤੁਹਾਨੂੰ ਵੀ ਸਾਰਿਆਂ ਨੂੰ ਦਿਖਾਉਣਾ ਤੇ ਇਹਨਾਂ ਦਾ ਕਲਚਰ ਦਿਖਾਵਾਂਗੇ ਤੇ ਨਾਲੇ ਇੱਥੋਂ ਦੇ ਵਿਊ ਦਿਖਾਵਾਂਗੇ ਨਾਲ ਬਣੇ ਰਹੋ ਠੀਕ ਹੈ ਜੀ ਜਲਦੀ ਜਲਦੀ ਘਰ ਪਹੁੰਚਦੇ ਦੋ ਤਿੰਨ ਕਿਲੋਮੀਟਰ ਘਰ ਰਹਿ ਗਿਆ ਸੁਸ਼ੀਲ ਦਾ ਤੇ ਅਸੀਂ ਉਹਨਾਂ ਦੇ ਘਰ ਪਹੁੰਚਣ ਵਾਲੇ ਹਾਂਗੇ ਤੇ ਪਹਾੜੀ ਏਰੀਆ ਸਾਰਾ ਹਿਮਾਚਲ ਦੇ ਵਿੱਚ ਕਾਂਗੜਾ ਡਿਸਟ੍ਰਿਕਟ ਦੇ ਵਿੱਚ ਅੱਗੇ ਦੀ ਅੱਗੇ ਪਿੰਡ ਹੈ ਕੋਈ ਪਿੰਡ ਦਾ ਨਾਮ ਹਰਸੀ ਪਿੰਡ ਹੈਗਾ ਤੇ ਉਹ ਪਿੰਡ ਦੇ ਵਿੱਚ ਬਸ ਅਸੀਂ ਦੋ ਪਹੁੰਚਣ ਵਾਲੇ ਹਾਂ ਦੋ ਤਿੰਨ ਕਿਲੋਮੀਟਰ ਰਹਿ ਗਿਆ ਤੇ ਤੁਸੀਂ ਜਲਦੀ ਜਲਦੀ ਦੇਖੋ ਇਹਨਾਂ ਦੇ ਰੋਡ ਮੈਂ ਵੈਸੇ ਪਿਛਲੇ ਡੇਟ ਦਿਖਾਇਆ ਪਿੰਡਾਂ ਦੇ ਰੋਡ ਪਿੰਡਾਂ ਦੀਆਂ ਸੜਕਾਂ ਤੇ ਜਲਦੀ ਜਲਦੀ ਭਰਾ ਦੇ ਘਰੇ ਪਹੁੰਚਦੇ ਆਪਾਂ ਫਿਰ ਗੱਲਬਾਤ ਅੱਗੇ ਕਰਦੇ ਹਾਂ ਅੱਧੇ ਘੰਟੇ ਵਾਸਤੇ ਦੇਖ ਲੋ ਤੁਸੀਂ ਇਹ ਆਪਣੇ ਸੰਗਰੂਰ ਆਇਆ ਸੀ ਪੰਜਾਬ ਆਇਆ ਸੀਗਾ ਤੇ ਅੱਜ ਭਰਾ ਦਾ ਵਿਆਹ ਹੈਗਾ ਤਾਂ ਅੱਜ ਧਰਮਿੰਦਰ ਆਇਆ ਆਸਟ੍ਰੇਲੀਆ ਤੋਂ ਸਪੈਸ਼ਲ ਆਇਆ ਬਾਈ ਦੇ ਵਿਆਹ ਤੇ ਮਿਲ ਗਿਆ ਭਰਾ ਇਹੀ ਬੰਦਾ ਆਪਣਾ ਕਿਆ ਬਾਤ ਆ ਕਿੰਨੇ 6 ਸਾਲ ਬਾਅਦ ਦੇਖ ਰਿਹਾ ਮੁੰਡਾ 6 ਸਾਲ ਹੋ ਗਏ ਗੱਡੀ ਦੀ ਜਗ੍ਹਾ ਬਣਾ ਰਿਹਾ ਪਹਿਲਾਂ ਹੀ ਤੇ ਵੀ ਧਰਮਿੰਦਰ ਅੱਗੇ ਕਰਕੇ ਨਾ ਫੀਡਬੈਕ ਕਰਕੇ ਲੱਗੂਗੀ ਗੱਡੀ ਤੇਰੀ ਹਾਂ ਪਹੁੰਚ ਗਏ ਜੀ ਫਾਈਨਲੀ 4 ਘੰਟੇ ਲਗਾਤਾਰ ਗੱਡੀ ਚਲਾ ਕੇ ਕੀ ਹਾਲ ਆ ਵੀਰੇ ਮੁਬਾਰਕਾਂ ਸ਼ਾਦੀ ਦੀਆਂ ਪਹਿਲਾਂ ਹੀ ਐਡਵਾਂਸ ਤੇ ਚਲੋ 6-7 ਸਾਲ ਬਾਅਦ ਇੱਕ ਦੋਸਤ ਦੂਸਰੇ ਦੋਸਤ ਨੂੰ ਮਿਲਿਆਗਾ ਤੇ
ਖੁਸ਼ੀ ਹੋ ਰਹੀ ਹੈ ਬੜੀ ਵੀ ਇੰਨੀ ਦੂਰ ਆਏ ਹੈ ਨਾ ਆਹ ਚੀਜ਼ ਵਾਸਤੇ ਯਾਰੀ ਵਾਸਤੇ ਯਾਰੀ ਵਾਸਤੇ ਅਤੇ ਚਲੋ ਅੱਗੇ ਆ ਇਹਨਾਂ ਦੇ ਬਸ ਪਿੰਡ ਦੀ ਗਲੀ ਹੈ ਅਤੇ ਘਰ ਇਹਨਾਂ ਦਾ ਉੱਪਰ ਗੱਡੀ ਆਪਾਂ ਨੂੰ ਉੱਪਰ ਖੜਾ ਕੇ ਆਉਣੀ ਪਈ ਹੈ ਅਤੇ ਆਹੋ ਨੀਚੇ ਇਹਨਾਂ ਦਾ ਘਰ ਹੈਗਾ ਪਹੁੰਚਦੇ ਹਾਂ ਘਰ ਇਹਨਾਂ ਦੇ ਕੱਲ੍ਹ ਨੂੰ ਵਿਆਹ ਹੈਗਾ ਅੱਜ ਲੇਡੀ ਸੰਗੀਤ ਬਸ 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 ਬਹੁਤ ਸੋਹਣਾ ਇਹ ਪੁਰਾਣਾ ਘਰ ਹੈ ਐਂ ਸੰਭਾਲ ਕੇ ਰੱਖਿਆ ਹੋਇਆ ਨਾ ਕਿਆ ਬਾਤ ਹੈ ਯਾਰ ਬੜਾ ਸੋਹਣਾ ਲੱਗ ਰਿਹਾ ਅੱਛਾ ਉਮੀ ਆ ਸਾਰੇ ਆ ਬਾਂਸ ਨਾਲ ਉਮੀ ਸੰਭਾਲ ਕੇ ਰੱਖਿਆ ਹੋਇਆ ਚੀਜ਼ਾਂ ਬਹੁਤ ਸਾਰਾ ਬਹੁਤ ਜਾ ਰਿਹਾ ਇਹ ਪਾਰਟ ਬਣਨਗੇ ਹੈ ਨਾ ਆਹ ਕੱਲੇ ਦੇ ਸੁਸ਼ੀਲ ਦੇ ਵਿਆਹ ਦੀ ਵੀਡੀਓ ਦੇ ਬਹੁਤ ਸਾਰੇ ਪਾਰਟ ਬਣਨਗੇ ਇਹਨਾਂ ਦਾ ਜੁਆਇੰਟ ਫੈਮਿਲੀ ਸੁਸ਼ੀਲ ਸਾਰੀ ਅਤੇ ਐਂ ਨਾਲੋ ਵੀ ਆਹ ਇੱਕ ਸਿੱਧੀ ਗਲੀ ਹੈਗੀ ਸਾਹਮਣੇ ਹਰੇਕ ਦੇ ਘਰ ਕਮਰੇ ਦੇ ਸਾਹਮਣੇ ਬਸ ਐਂ ਨਾਲੋ ਵੀ ਵਿਹੜਾ ਸਾਰੀ ਜੁਆਇੰਟ ਆ ਕੋਈ ਇੱਕ ਘਰਾਂ ਦਾ ਕੋਈ ਗੇਟ ਨਹੀਂ ਹੈਗਾ ਇਹਨਾਂ ਦਾ ਹੈ ਨਾ ਵੱਡਾ ਗੇਟ ਨਹੀਂ ਹੈਗਾ ਬਸ ਮੇਨ ਗੇਟ ਇੱਕ ਹੈਗਾ ਐਂਟਰੈਂਸ ਬਸ ਇਹ ਸਾਰੀ ਫੈਮਿਲੀ ਜੁਆਇੰਟ ਆ ਅਤੇ ਆਹ ਦੇਖੋ ਇੱਧਰ ਖਾਣਾ ਬਣ ਰਹੇਗਾ ਵਿਆਹ ਦਾ ਅਤੇ ਇੱਧਰੋਂ ਸਾਰੇ ਚਾਚੇ ਤਾਈਆਂ ਤਾਈਆਂ ਚਾਚੀਆਂ ਤਾਈਆਂ ਸਾਰੀਆਂ ਕੱਚੀਆਂ ਰੋਟੀਆਂ ਬਣਾ ਦੇਣਗੀਆਂ ਆਪਣੇ ਵਾਲਾ ਕੰਮ ਆਪਣੇ ਵਾਲਾ ਕੰਮ ਸਾਈਡਾਂ 'ਤੇ ਜੰਗਲ ਹੈ ਸਾਰਾ ਦਰਖਤ ਨੇ ਉਸ ਤੋਂ ਅੱਗੇ ਖੇਤ ਵੀ ਹੈਗੇ ਨੇ ਇਹਨਾਂ ਦੇ ਕਿਉਂਕਿ ਨੇੜੇ ਤੇੜੇ ਨਦੀਆਂ ਪੈਂਦੀਆਂ ਨੇ ਇਹਨਾਂ ਦੇ ਪਲੇਨ ਏਰੀਆ ਵੀ ਹੈਗਾ ਅਤੇ ਆਹ ਵਿਆਹ ਦਾ ਸਮਾਨ ਅੱਜ ਸ਼ਾਮ ਦੀ ਰੋਟੀ ਤਿਆਰ ਹੋ ਰਹੀ ਹੈਗੀ ਕਿਆ ਬਾਤ ਹੈ ਇਹਨੂੰ ਤਾਂ ਸੰਗਰੂਰ ਕੋਈ ਕਹਿੰਦਾ ਹੀ ਨਹੀਂ ਸਟੇਜ ਤੋਂ ਆਇਆ ਇਹ ਉਧਰ ਲੈ ਪੀਅਰ ਹੈ ਇਹਨੂੰ ਤਾਂ ਨਾ ਨਾ ਕੋਈ ਨੀ ਹੈ ਤੇ ਅਸੀਂ ਚਲੋ ਸੇਵਾ ਹੋ ਰਹੀ ਹੈਗੀ ਵਧੀਆ ਗੱਲਾਂ ਬਾਤਾਂ ਹੋ ਰਹੀਆਂ ਚਲੋ ਚਲੋ ਕਰੋ ਤੁਸੀਂ ਕੰਟੀਨਿਊ ਕਰੋ ਤੇ ਦੇਖੋ ਨਜ਼ਾਰਾ ਆਹ ਹੁੰਦਾ ਵਿਆਹ ਪਹਾੜਾਂ ਦਾ ਇਹਦੇ ਰੋਟੀਆਂ ਬਣ ਰਹੀਆਂ ਨੇ ਸਾਰੀਆਂ ਅਤੇ ਉਰੇ ਖਾਣਾ ਤਿਆਰ ਹੋ ਰਿਹਾ ਪੂਰੇ ਜ਼ੋਰ ਸ਼ੋਰ ਨਾਲ ਅੱਜ ਦੀ ਵੀਡੀਓ ਦੇ ਵਿੱਚ ਹੁਣ ਜਿਹੜੀ ਹੁਣ ਦਿਖਾ ਰਹੇ ਹਾਂ ਇਹਦੇ ਵਿੱਚ ਇਹੀ ਦਿਖਾਵਾਂਗੇ ਤੁਹਾਨੂੰ ਅਤੇ ਉਸ ਤੋਂ ਅਗਲੀ ਵੀਡੀਓ ਦੇ ਵਿੱਚ ਰਾਤ ਦਾ ਪ੍ਰੋਗਰਾਮ ਦਿਖਾਵਾਂਗੇ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈ ਅਤੇ ਇਸੇ ਤਰੀਕੇ ਨਾਲ ਪਿਆਰ ਦਿੰਦੇ ਰਹੋ ਵੀਡੀਓ ਨੂੰ ਤੁਸੀਂ ਅਤੇ ਤੁਹਾਨੂੰ ਹਿਮਾਚਲ ਦਾ ਹੁਣ ਅਗਲਾ ਇਹਨਾਂ ਦਾ ਸ਼ਾਮ ਦਾ ਜੋ ਅੱਜ ਪ੍ਰੋਗਰਾਮ ਹੈ ਉਰੇ ਉਹ ਸਾਰਾ ਤੁਹਾਨੂੰ ਮੈਂ ਜਿੰਨਾ ਕੁ ਦਿਖਾ ਸਕਦਾ ਹੋਇਆ ਨਾ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਆ ਖਾਣਾ ਹੈ ਮੈਨੂੰ ਤਾਂ ਹੁਣੀ ਲੱਗ ਰਿਹਾ ਬੜਾ ਟੇਸਟੀ ਹੋਊਗਾ ਜੰਗਲ ਦੇ ਵਿੱਚ ਘਰ ਹੈ ਅੱਛਾ ਚੁੱਲ੍ਹੇ ਵਾਲੀ ਜਿਹੜੀ ਭਟੂਰੂ ਇਹ ਸੁਹਾਲੂ ਦੇਸੀ ਰੋਟੀ ਇਹਨਾਂ ਦੇ ਜਿਹੜੇ ਉਰੋਂ ਦੀ ਪਹਾੜੀ ਰੋਟੀ ਠੀਕ ਹੈ ਪਹਾੜੀ ਰੋਟੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇਗੇ ਸੁਹਾਲੂ ਭਟੂਰੂ ਚੁੱਲ੍ਹੇ ਤੇ ਬਣਾਉਣਗੇ ਭਟੂਰੂ ਹਾਂ ਮੈਂ ਦੇਖ ਲਿਆ ਕੋਈ ਗੱਲ ਨਹੀਂ ਉੱਧਰ ਲੇਡੀਜ਼ ਨੇ ਉੱਧਰ ਤਾਂ ਨਹੀਂ ਮੈਂ ਉੱਧਰ ਲੇਡੀਜ਼ ਨਾ ਜਿਵੇਂ ਆਪਣੇ ਉਹ ਪੇੜੇ ਕਰਦੀਆਂ ਨੇਗੀਆਂ ਉਵੇਂ ਆਹ ਪੇੜੇ ਕਰ ਦਿੱਤੇ ਨੇਗੇ ਇਹਨਾਂ ਨੇ ਪੇੜੇ ਕਰਕੇ ਇਹਨਾਂ ਨੇ ਬਣਾ ਦਿੱਤੀ ਹੈਗੀ ਪੂਰੀ ਮੰਗੂ ਪਰ ਮੈਂ ਤਾਂ ਕਹਿ ਰਿਹਾ ਸੀ ਪੂਰੀ ਬਣਾਉਣਗੇ ਪਰ ਇਹ ਕਹਿੰਦੇ ਅਸੀਂ ਸੁਹਾਲੂ ਇਹ ਪਹਾੜੀ ਰੋਟੀ ਹੈਗੀ ਸੁਹਾਲੂ ਭਟੂਰੂ ਕਹਿੰਦੇ ਚੁੱਲ੍ਹੇ ਤੇ ਬਣਾਉਣਗੇ ਭਟੂਰੂ ਚੁੱਲ੍ਹੇ ਦੇ ਸੁਹਾਲੂ ਹੈ ਚਲੋ ਬਾਕੀ ਤੁਸੀਂ ਕਨਫਰਮ ਕਰ ਦਿਓ ਜੇ ਕੋਈ ਹੈਗਾ ਹਿਮਾਚਲ ਵਾਲਾ ਕਿਸੇ ਦੇ ਵਾਈਫਾਈ ਉਰੇ ਵੀ ਨਹੀਂ ਹੈਗਾ ਮੈਂ ਤਾਂ ਮੈਨੂੰ ਵੀਡੀਓ ਐਡਿਟ ਅਪਲੋਡ ਕਰਨ ਨੂੰ ਸ਼ਾਇਦ ਹੀ ਹੋ ਗਈ ਅਪਲੋਡ ਹੋ ਨਹੀਂ ਸਕਦੀ ਕਿਉਂਕਿ 5-6 GB ਦੀ ਵੀਡੀਓ ਹੋ ਜਾਂਦੀ ਹੈ ਅਤੇ ਆਹ ਰਾਤ ਨੂੰ ਕਹਿੰਦੇ ਠੰਡ ਬਹੁਤ ਹੋ ਜਾਂਦੀ ਹੈ ਉਰੇ ਅਤੇ ਅੱਗ ਹੁਣੀ ਬਾਲਦੀ ਹੈ ਉਦੋਂ ਤੱਕ ਰਾਤ ਨੂੰ ਬੈਠਣ ਵਾਸਤੇ ਵਧੀਆ ਹੋ ਜੂਗਾ ਸਾਰਾ ਅਤੇ ਅੱਗ ਠੰਡ ਬਹੁਤ ਜ਼ਿਆਦਾ ਹੋ ਜਾਣੀ ਹੈਗੀ ਹੁਣ 4 ਵਜੇ ਨੇਗੇ ਪਰ ਉਰੇ ਦਰੱਖਤ ਆਲੇ ਦੁਆਲੇ ਬਹੁਤ ਨੇਗੇ ਉਰੇ ਤਾਂ ਠੰਡ ਬਹੁਤ ਹੈਗੀ ਹੁਣ ਵੀ ਅਤੇ ਆਹ ਮੈਂ ਕਿਹਾ ਪੂਰੀ ਬਣਾ ਰਹੇ ਹੋ ਕਹਿੰਦੇ ਨਹੀਂ ਪੂਰੀ ਨਹੀਂ ਬਣੇ ਹੈਗੇ ਸੁਹਾਲੂ ਹੈ ਇਹ ਵੀ ਇਹਨਾਂ ਦੀ ਪਹਾੜੀ ਰੋਟੀ ਹੈਗੀ ਇਹ ਕਿਸੇ ਤਰੀਕੇ ਮੈਂ ਸਿੱਖਾਂਗੇ ਆਪਾਂ ਘਰੇ ਆ ਕੇ ਟਰਾਈ ਕਰਾਂਗੇ ਵੀਰੇ ਹੈ ਨਾ ਅਤੇ ਚਲੋ ਇਹ ਸੁਹਾਲੂ ਬਣ ਗਈ ਹੈ ਨਾ ਪੂਰੀ ਨੂੰ ਸੁਹਾਲੂ ਕਹਿੰਦੇ ਨੇ ਇਹ ਜਾਂ ਕੋਈ ਸਪੈਸ਼ਲ ਚੀਜ਼ ਹੋਊਗੀ ਉਹ ਤਾਂ ਖਾ ਕੇ ਪਤਾ ਲੱਗਣਾ ਹੈਗਾ ਉਹ ਖਾ ਕੇ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗੇ ਆਪਾਂ ਠੀਕ ਹੈ ਜੀ ਅਗਲੀ ਵੀਡੀਓ 'ਚ ਦਿਖਾਵਾਂਗੇ ਸੁਹਾਲੂ ਪਹਾੜੀ ਰੋਟੀ
ਇਹ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਹੈ ਅਤੇ ਇਸ ਕਰਕੇ ਇਹਦਾ ਐਂਡ ਟੂਰ ਹੀ ਕਰਦੇ ਹਾਂ, ਅਤੇ ਬਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਇਸੇ ਤਰੀਕੇ ਨਾਲ ਪਿਆਰ ਬਣਾਈ ਰੱਖੋ, ਅਤੇ ਅਗਲੀ ਵੀਡੀਓ ਦੇ ਵਿੱਚ ਇਹਨਾਂ ਦੀ ਸ਼ਾਮ ਦਾ ਅੱਜ ਪ੍ਰੋਗਰਾਮ ਹੈ, ਮਹਿੰਦੀ ਦਾ ਪਹਾੜੀ ਪਹਾੜਾਂ ਦਾ ਜੋ ਪ੍ਰੋਗਰਾਮ ਹੈਗਾ ਇਹਨਾਂ ਦਾ, ਅਤੇ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅਤੇ ਮਿਲਦੇ ਅਗਲੀ ਵੀਡੀਓ ਦੇ ਵਿੱਚ।